ਤਰਨ ਤਾਰਨ ਦੇ ਬਿਆਸ ਦਰਿਆ ਨਾਲ ਮੰਡ ਏਰੀਆ ਮੁੰਡਾ ਪਿੰਡ ਨਾਲ ਲੱਗਦੇ 25 ਪਿੰਡ ਪਾਣੀ ਦੀ ਮਾਰ ਹੇਠਾਂ ਆ ਗਏ ਹਨ, ਜਿਸ ਵਿੱਚ ਕਿਸਾਨਾਂ ਨੂੰ ਵੱਡੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੁਕਸਾਈਆਂ ਫਸਲਾਂ ਦਾ ਜਾਇਜ਼ਾ ਲੈਣ ਦੇ ਲਈ ਡੀਸੀ ਅਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਮੌਕੇ 'ਤੇ ਪਹੁੰਚੇ। ਦੱਸਣਾ ਚਾਹਾਂਗਾ ਸਾਡੇ ਮਾਣਯੋਗ ਸਿੱਕੀ ਸਾਹਿਬ ਜਿਹੜੇ MLA ਖਡੂਰ ਸਾਹਿਬ ਨੇ, ਉਹਨਾਂ ਦੇ ਨਾਲ ਅਸੀਂ ਜਿਹੜਾ ਟੋਟਲ ਏਰੀਆ ਜਿੱਥੇ ਪਾਣੀ ਫਿਰ ਰਿਹਾ ਹੈ ਉਹ ਸਾਰੇ ਏਰੀਏ ਦੇ ਵਿੱਚ ਅਸੀਂ ਆਏ ਹਾਂ, ਉਹਦਾ ਵਿਜ਼ਿਟ ਕਰ ਰਹੇ ਹਾਂ ਅਤੇ ਨਾਲ ਨਾਲ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਜਾ ਰਹੀਆਂ। ਇੱਥੇ ਬਹੁਤ ਸਾਰਾ ਸਾਡਾ ਜਿਹੜਾ ਰਕਵਾ ਹੈ ਉਹ ਪਾਣੀ ਹੇਠ ਆ ਗਿਆ, ਜਿਸ ਨਾਲ ਫਸਲਾਂ ਦਾ ਨੁਕਸਾਨ ਹੋ ਰਿਹਾ। ਉਸ ਦੀ ਜਿਹੜੀ ਗਿਰਦੌਰੀ ਹੈ ਉਹ ਦੇ ਕਰਨ ਦੇ ਆਦੇਸ਼ ਜਿਹੜੇ ਦੇ ਦਿੱਤੇ ਗਏ। ਇਸ ਦੇ ਨਾਲ ਨਾਲ ਜਿਹੜੀ ਤੁਹਾਨੂੰ ਦੱਸੀਏ, ਇੱਥੇ ਕਿਸੇ ਜਿਹੜਾ ਆਪਣਾ ਸੈਕਿੰਡ ਲਾਈਨ ਆਫ ਡਿਫੈਂਸ ਜਿਹੜੀ ਬਣਾਉਣੀ ਹੈ ਉਹਦੇ ਲਈ ਵੀ ਜਿਹੜਾ, ਜਿੱਦਾਂ ਇਹਨਾਂ ਨੇ ਸਿੱਖੀ ਸਾਹਿਬ ਨੇ ਦੱਸਿਆ ਕਿ 14 ਕਿਲੋਮੀਟਰ ਦਾ ਇੱਕ ਜਿਹੜਾ ਬੰਦ ਉਹ ਬਣਾਉਣ ਦਾ ਸਾਡਾ ਪ੍ਰਪੋਜ਼ਲ ਹੈ, ਜਿਹੜਾ ਤਕਰੀਬਨ 32 ਕਰੋੜ ਰੁਪਈਆ ਜਿਹੜਾ ਸਿਰਫ ਬੰਦ ਬਣਾਉਣ 'ਤੇ ਜਾਂਦਾ ਹੈ ਅਤੇ ਉਸ ਤੋਂ ਬਾਅਦ ਲੈਂਡ ਜਿਹੜੀ ਐਕੁਆਇਰ ਕੀਤੀ ਜਾਊਗੀ ਉਹਦਾ ਵੀ ਆਵੇਗਾ। ਇਹ ਕੰਮ ਦੇ ਲਈ ਵੀ ਅਸੀਂ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਨੂੰ ਬੇਨਤੀ ਕਰਾਂਗੇ, ਅਸੀਂ ਪ੍ਰੋਜੈਕਟ ਲੈ ਕੇ ਪਹਿਲਾਂ ਭੇਜਿਆ ਵੀ ਪਿਆ ਗਿਆ ਅਤੇ ਉਹਦਾ ਫਾਈਨਲਾਈਜੇਸ਼ਨ ਕਰਕੇ ਇਮੀਡੀਏਟਲੀ ਉਹਦੇ ਤੁਰੰਤ ਉੱਤੇ ਕੋਸ਼ਿਸ਼ ਕਰਾਂਗੇ ਉਹਦਾ ਜਿਹੜਾ ਹੈ ਫੰਡ ਰਿਲੀਜ਼ ਹੋ ਕੇ। ਸਾਡਾ ਫਰਜ਼ ਬਣਦਾ ਹੈ ਕਿ ਜ਼ਿਮੀਂਦਾਰ ਅੱਗੇ ਬਹੁਤ ਬਹੁਤ ਜ਼ਿਆਦਾ ਮਾੜੇ ਹਾਲਾਤਾਂ 'ਚੋਂ ਲੰਘ ਰਿਹਾ ਔਰ DC ਸਾਹਿਬ ਉਹਨਾਂ ਨੇ ਖਾਸ ਹਦਾਇਤ ਕੀਤੀ ਹੈ ਕਿ ਇਹ ਸਾਰੀ ਜਿਹੜੀ ਜ਼ਮੀਨ ਹੈ ਇਹਦੀਆਂ ਗਰਦੌਰੀਆਂ ਕੀਤੀਆਂ ਜਾਣ ਔਰ ਮੁਆਵਜ਼ਾ ਦਿੱਤਾ ਜਾਵੇ। ਉਹਦੇ ਤੋਂ ਇਲਾਵਾ ਲੌਂਗ ਟਰਮ ਇੱਕ ਪ੍ਰੋਜੈਕਟ ਸਟੱਡੀ ਚੱਲ ਰਹੀ ਆ ਇਸ ਏਰੀਏ ਦੇ 7000 ਏਕੜ ਬਣਦਾ ਜੀ ਤੋਂ ਲੈ ਕੇ ਘੜਕੇ ਤੱਕ ਦਾ। ਇਹਦੀ ਜਿਹੜੀ ਪ੍ਰੋਜੈਕਟ ਸਟੱਡੀ ਦੇ ਵਿੱਚ ਬੰਨ ਬਣਾਉਣ ਦੀ ਪ੍ਰਪੋਜ਼ਲ ਹੈ ਔਰ ਅਸੀਂ ਇਹ ਪ੍ਰਪੋਜ਼ਲ ਫਾਈਨਲਾਈਜ਼ ਕਰਕੇ ਇਹਦੀ ਜਿਹੜੀ ਆ ਪਲੈਨਿੰਗ ਡਿਜ਼ਾਈਨਿੰਗ ਸਾਰੀ ਦਰੁਸਤ ਕਰਕੇ ਫਿਰ ਬੰਨ ਬਣਾ ਕੇ ਆਹ ਜਿਹੜਾ ਏਰੀਆ ਹੈ ਇਹਨੂੰ ਖੁਸ਼ਹਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਤਰਨ ਤਾਰਨ ਤੋਂ ਵਿਜੇ ਕੁਮਾਰ ਦੀ ਰਿਪੋਰਟ, ਚੈਨਲ 2।